ਟਰੱਕੀ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਰੇਲਵੇ ਪੁਲ ਜਿਹੜਾ ਆ ਉਹ ਪਿਛਲੇ ਬਾਰ ਦੀਆਂ ਬਾਰੀ ਭਾਰੀ ਵਰਖਾ ਪੈਣ ਦੇ ਕਾਰਨ ਜਿਹੜਾ ਆ ਆਹ ਪੁਲ ਜਿਹੜਾ ਟੁੱਟ ਗਿਆ ਸੀ। ਅਸੀਂ ਕਹਿੰਦੇ ਹਾਂ ਭਾਅ ਜੀ ਜਲਦੀ ਸੋ ਜੇ ਜਲਦੀ ਕੰਮ ਲੱਗ ਜੇ ਤਾਂ ਚਲੋ ਜੀ ਨਾ ਸਾਡੇ ਘਰਾਂ ਨੂੰ ਬਚਾਅ ਹੋ ਜੇ ਅਤੇ ਜਿਹੜਾ ਕੋਈ ਆਉਂਦਾ ਦੇਖ ਕੇ ਚੱਲ ਜਾਂਦਾ ਆ ਅਤੇ ਕੋਈ ਹਾਲ ਨਹੀਂ ਕਿਵੇਂ ਕਰਦਾ। ਕਿ ਪਿਛਲੇ ਬਾਰ ਦੀਆਂ ਸਰਕਾਰਾਂ ਵੱਲੋਂ ਜਿਹੜਾ ਆ ਉਹ ਕਿਹਾ ਗਿਆ ਸੀਗਾ ਕਿ ਇਸ ਪੁਲ ਨੂੰ ਜਿਹੜਾ ਆ ਜਲਦੀ ਤੋਂ ਜਲਦੀ ਬਣਵਾਇਆ ਜਾਏ। ਸਾਨੂੰ ਹੁਣ ਅੱਗੇ ਬਰਸਾਤਾਂ ਦੇ ਵਿੱਚ ਮਤਲਬ ਡਰ ਹੀ ਡਰ ਹੈ ਸਾਡਾ, ਕੋਈ ਸੁਣਾਈ ਨਹੀਂ ਹੋ ਰਹੀ ਜੀ। ਇਹੀ ਆਪਦੇ ਬਸ ਕੰਮ ਲੱਗ ਜਾਏਗਾ ਲੱਗ ਜਾਏਗਾ, ਇਹ ਫੰਡ ਦਾ ਨਹੀਂ ਮਤਲਬ ਪਤਾ ਚੱਲਦਾ ਪਿਆ ਨਾ, ਮਤਲਬ ਵੀ ਕੋਈ ਇੱਧਰ ਆਈਏ ਸਾਡੀ ਸੁਣਾਈ ਕਰਦਾ ਨਾ ਹੀ ਦੇਖਦਾ। ਰੇਲ ਦੀ ਜਿਹੜਾ ਪੁਲ ਹੈਗਾ ਉਹ ਦਿਖਾਉਣਾ ਚਾਹਾਂਗੀ ਮੈਂ ਤੁਹਾਨੂੰ ਕਿ ਪੁਲ ਜਿਹੜਾ ਕਿਵੇਂ ਟੁੱਟ ਕੇ ਪਿਆ ਹੋਇਆ, ਪਰੰਤੂ ਇੱਥੇ ਹਜੇ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਆ ਕੇ ਇਸ ਜਗ੍ਹਾ ਦਾ ਜਾਇਜ਼ਾ ਨਹੀਂ ਲਿਆ ਜਾ ਰਿਹਾ। ਦੇਖਦੇ ਹਾਂ ਪਿੰਡ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਕਿ ਦੋ ਚਾਰ ਦਿਨ ਹੁਣ ਥੋੜ੍ਹੇ ਦਿਨ ਰਹਿ ਗਏ ਬਾਰਿਸ਼ਾਂ ਨੂੰ, ਛੇ ਮਹੀਨੇ ਹੋ ਗਏ ਨਾ, ਅੱਠ ਦਸ ਮਹੀਨੇ ਹੋ ਗਏ, ਧਰਨੇ ਵੀ ਦਿੱਤੇ ਆਪਾਂ, ਕੋਈ ਇੱਥੇ ਕੋਈ ਕੰਮ ਕਾਜ ਨਹੀਂ ਲੱਗਿਆ। ਪਿਛਲੇ ਸਾਲ ਤਾਂ ਸਾਰੇ ਸਮਾਨ ਚੁੱਕ ਲਿਆ ਸੀ ਤੇ ਹੁਣ ਤਾਂ ਬਿਲਕੁਲ ਹੀ ਸਾਡੇ 20-25 ਫੁੱਟ ਰਹਿ ਗਈ ਹੈ ਸਾਡੇ ਘਰਾਂ ਤੋਂ। गत वर्ष बरसात के कारण हिमाचल व पंजाब को जोड़ने वाला रेलवे पुल बह गया था, जिसके कारण इस पुल के पास पड़ते पठानकोट के वार्ड नंबर 12 में भी काफी नुकसान हुआ था। वार्ड नंबर 12 वासियों ने प्रशासन से इस ओर ध्यान देने की अपील की थी और इसके साथ ही उचित इंतजाम करने की मांग भी की थी, लेकिन सिवाय आश्वासनों के कुछ नहीं मिला। एक बार फिर बरसात का मौसम आने को है और इसकी चिंता वार्ड के लोगों के चेहरों पर साफ देखी जा सकती है, लेकिन प्रशासन शायद किसी बड़े हादसे के इंतजार पे है। जी की नाम आंटी कांता देवी, कितों रहने वाले हो? पठानकोट। वार्ड नंबर? वार्ड नंबर साढ़ा 12 बेडी बजरी कंपनी पदरोया। प्रॉब्लम साड़ी यही है, साड़ी चक्की दी मतलब दरिया दी जिहड़ी समस्या, सानू हुण अग्गे बरसातां दे विच मतलब डर ही डर है साड़ा, कोई सुनाई नहीं हो रही जी। यही आदे बस काम लग जाएगा लग जाएगा, ਇਹ ਫੰਡ ਦਾ ਨਹੀਂ ਮਤਲਬ ਪਤਾ ਚੱਲਦਾ ਪਿਆ ਨਾ, ਮਤਲਬ ਵੀ ਕੋਈ ਇੱਧਰ ਆਈਏ ਸਾਡੀ ਸੁਣਾਈ ਕਰਦਾ ਨਾ ਹੀ ਦੇਖਦਾ। ਹਾਂ ਟੈਂਡਰ ਨਹੀਂ ਪਾਸ ਹੋਇਆ, ਲਾਰਾ ਹੀ ਆ ਹੁਣ, ਪਤਾ ਨਹੀਂ ਹੋਇਆ ਕਿ ਨਹੀਂ ਹੋਇਆ, ਆਉਂਦੇ ਨੇ ਦੇਖਦੇ ਨੇ ਚਲੇ ਜਾਂਦੇ ਨੇ। ਹਾਂ ਪਿਛਲੇ ਸਾਲ ਤਾਂ ਸਾਰੇ ਸਮਾਨ ਚੁੱਕ ਲਿਆ ਸੀ ਤੇ ਹੁਣ ਤਾਂ ਬਿਲਕੁਲ ਹੀ ਸਾਡੇ 20-25 ਫੁੱਟ ਰਹਿ ਗਈ ਹੈ ਸਾਡੇ ਘਰਾਂ ਤੋਂ। ਉਹੀ ਆਪਾਂ ਘਰ ਦੇ ਵਿੱਚ ਸਮਾਨ ਉਹੀ ਰੱਖਿਆ। ਸਾਡੀ ਸਰਕਾਰ ਅੱਗੇ ਬੇਨਤੀ ਇਹੀ ਹੈ, ਮੰਗ ਹੈ ਵੀ ਮਤਲਬ ਸਾਡਾ ਚੱਕੀ ਦਰਿਆ ਦਾ ਕੰਮ ਜਿੰਨੀ ਕੁ ਜਲਦੀ ਮਤਲਬ ਹੋ ਜਾਏ ਅਤੇ ਇਹੀ ਮਤਲਬ ਸਾਡੀ ਕੋਸ਼ਿਸ਼ ਬੇਨਤੀ ਆ ਹੱਥ ਬੰਨ ਕਹਿੰਦੇ ਅੱਗੇ। ਚੱਕੀ ਸਾਡੇ ਨੇੜੇ ਆ ਗਈ ਹੈ ਜੀ, ਅਸੀਂ ਕਹਿੰਦੇ ਹਾਂ ਭਾਅ ਜੀ ਜਲਦੀ ਸੋ ਜੇ ਜਲਦੀ ਕੰਮ ਲੱਗ ਜੇ ਤਾਂ ਚਲੋ ਜੀ ਨਾ ਸਾਡੇ ਘਰਾਂ ਨੂੰ ਬਚਾਅ ਹੋ ਜੇ ਅਤੇ ਜਿਹੜਾ ਕੋਈ ਆਉਂਦਾ ਦੇਖ ਕੇ ਚੱਲ ਜਾਂਦਾ ਆ ਅਤੇ ਕੋਈ ਹਾਲ ਨਹੀਂ ਕਿਵੇਂ ਕਰਦਾ। ਅਤੇ ਬਾਰਿਸ ਲੱਗ ਗਈ ਹੈ ਅਤੇ ਕੀ ਨਾ ਹੋਰ ਮਹੀਨੇ 'ਚ ਤਾਂ ਪਾਣੀ ਆ ਜਾਣਾ, ਤਾਂ ਸਾਡੇ ਨਿਆਣਿਆਂ ਨੂੰ ਵੀ ਖਤਰਾ ਹੈ ਸਾਨੂੰ ਵੀ ਖਤਰਾ ਹੈ, ਅਸੀਂ ਸਮਾਨ ਚੁੱਕ ਕੇ ਲੋਕਾਂ ਨੇ ਘਰ ਰੱਖੇ ਦਾ। ਕੀ ਮੰਗ ਆ ਹੀ ਕਰਨੇ ਆ ਪਰ ਸਾਨੂੰ ਨਾ ਇੱਥੇ ਗਰੇਟ ਵੱਜਣੇ ਚਾਹੀਦੇ ਨੇ ਅਤੇ ਜਿੰਨਾ ਸਾਡੇ ਬੂਹੇ ਅੱਗੇ ਹੈ ਕਿਉਂਕਿ ਇੰਨਾ ਤਾਂ ਰੁੜੇ ਦਾ ਇੰਨਾ ਅੱਗੇ ਵਧਣਾ ਚਾਹੀਦਾ। ਸਾਡੇ ਪਲਾਟ 'ਚ ਦੇਖਦੇ ਪਿੰਡ ਦੇ ਵਿੱਚ ਇਹੀ ਪ੍ਰੋਬਲਮ ਆ ਰਹੀ ਹੈ ਕਿ ਦੋ ਚਾਰ ਦਿਨ ਹੁਣ ਥੋੜ੍ਹੇ ਦਿਨ ਰਹਿ ਗਏ ਬਾਰਿਸ਼ਾਂ ਨੂੰ, ਹਾਂਜੀ 6 ਮਹੀਨੇ ਹੋ ਗਏ ਨਾ, 8-10 ਮਹੀਨੇ ਹੋ ਗਿਆ, ਧਰਨੇ ਵੀ ਦਿੱਤੇ ਆਪਾਂ, ਅੱਛਾ ਕੋਈ ਇੱਥੇ ਕੋਈ ਕੰਮ ਕਾਜ ਨਹੀਂ ਲੱਗਿਆ ਸਾਡਾ ਸਾਡੇ ਪਿੰਡ ਦੇ ਵਿੱਚ, ਮਤਲਬ ਪ੍ਰਸ਼ਾਸਨ ਦੀ ਗੱਲ ਨਹੀਂ ਸੁਣ ਰਿਹਾ ਹੈ ਨਾ, ਕਿਹਨਾਂ ਨੇ ਪੁੱਛਿਆ ਸਾਡੇ, ਕੋਈ ਨਹੀਂ ਕੋਈ ਆਉਂਦਾ ਇਹ ਚੱਕਰ ਲਗਾ ਕੇ ਚਲੇ ਜਾਂਦੇ ਆ। ਮੰਗ ਕੀ ਕਰਦੇ ਹੋ? ਮੰਗ ਤੁਸੀਂ ਕੀ ਕਰਦੇ ਹੋ? ਮੰਗ ਇਹੀ ਕਰਦੇ ਹਾਂ ਕਿ ਛੇਤੀ ਤੋਂ ਛੇਤੀ ਸਾਡਾ ਕੰਮ ਲੱਗੇ, ਹੱਲ ਹੋਣਾ ਚਾਹੀਦਾ ਜੀ।